ਦੇਖਣ ਵਾਦੀ ਆ। ਚਲੋ ਮੈਨੂੰ ਹੌਲੀ ਹੌਲੀ ਪਤਾ ਲੱਗ ਗਿਆ ਕੀ ਹੋਇਆ। HPCL ਦੇ ਵਿੱਚ ਜਿਹੜਾ ਟਰੱਕ ਆਪਰੇਟਰਾਂ ਦੇ ਅੱਤਿਆਚਾਰ ਹੋਇਆ, ਅੱਜ ਪੁਲਿਸ ਨੇ ਦੜਾਦੜਾ ਕੁੱਟੇ ਆ, ਉਹਨੂੰ ਲੈ ਕੇ ਮੈਂ ਸਵੇਰੇ 7:30 ਵਜੇ HPCL ਦੇ ਦਫ਼ਤਰ ਦੇ ਬਾਹਰ ਪਹੁੰਚ ਰਿਹਾ ਆਪਣੇ ਸਾਥੀਆਂ ਨੂੰ ਲੈ ਕੇ। ਮੈਂ ਪੰਜਾਬ ਦੇ ਸਮੁੱਚੇ ਟਰੱਕ ਆਪਰੇਟਰ ਉਸ ਬੈਲਟ ਦੇ ਮੈਂ ਸਾਰਿਆਂ ਨੂੰ ਨਹੀਂ ਕਹੂੰਗਾ, ਕਿਉਂਕਿ ਆਪਾਂ ਜੋਰ ਨਹੀਂ ਲਵਾਉਣਾ ਕਿਸੇ ਤੱਕ, ਜਦੋਂ ਲੋੜ ਹੋਊਗੀ ਉਦੋਂ ਲਵਾਵਾਂਗੇ। ਹਰ ਇੱਕ ਟਰੱਕ ਜਾਣ ਵਾਲੇ ਇੱਕ ਗੱਡੀ ਲੈ ਕੇ ਸਵੇਰੇ 8 ਵਜੇ ਤੱਕ ਉੱਥੇ ਪਹੁੰਚੋ। ਮੈਂ ਸਾਰੇ ਪੰਜਾਬ ਦੇ ਜਿਵੇਂ ਆਪਣੇ ਕੱਲ੍ਹ ਦੀਆਂ ਮੀਟਿੰਗਾਂ ਸਾਰੀਆਂ ਰੱਦ ਕਰਤੀਆਂ, ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਜਿਨ੍ਹਾਂ ਨੂੰ ਮੈਂ ਟਾਈਮ ਦਿੱਤੇ ਸੀ ਕੱਲ੍ਹ ਦੇ, ਜਾਂ ਕੋਈ ਮੀਟਿੰਗ ਮੇਰੀ ਚੰਡੀਗੜ੍ਹ 'ਚ ਹੋਦੀ, ਮੈਂ ਸਾਰੀਆਂ ਕੈਂਸਲ ਕਰ ਦਿੱਤੀਆਂ ਗਈਆਂ। ਮੈਂ ਕੱਲ੍ਹ ਬਠਿੰਡੇ ਦੇ ਵਿੱਚ ਜਾ ਰਿਹਾ, ਕੱਲ੍ਹ ਦਾ ਸਾਰਾ ਦਿਨ ਬਠਿੰਡੇ ਦੇ ਨਾਲ ਆ। ਮੈਂ ਪੰਜਾਬ ਦੇ ਟਰੱਕ ਆਪਰੇਟਰ ਦੇ ਕਿਤੇ ਲਾਠੀ ਵੱਜੂਗੀ ਤਾਂ ਮੈਂ ਸਮਝਦਾ ਕਿ ਹੈਪੀ ਸਿੰਘ ਪੰਜਾਬ ਪ੍ਰਧਾਨ ਦੇ ਵੱਜੀ ਆ। ਮੈਂ ਉਹਦੀ ਲੜਾਈ ਡੱਟ ਕੇ ਲੜੂੰਗਾ, ਭਾਵੇਂ ਕਿਸੇ ਆਪਰੇਟਰ ਦੇ ਵੱਜੇ, ਭਾਵੇਂ ਪ੍ਰਧਾਨ ਦੇ ਵੱਜੇ। ਇਹ ਲਾਠੀ ਪੰਜਾਬ ਦੀ ਲੜਾਈ ਲੜਦੇ ਹਾਂ, ਇੰਡੀਆ ਦੀ ਲੜਾਈ ਲੜਦੇ ਹਾਂ, ਪੰਜਾਬ ਦੇ ਟਰੱਕ ਆਪਰੇਟਰਾਂ ਦੀ ਲੜਾਈ ਨਹੀਂ ਲੜਦੇ। ਕੱਲੇ ਟਰੱਕ ਆਪਰੇਟਰਾਂ ਦੇ ਦੱਸ ਰਹੇ ਵੀ ਟਰੱਕ ਆਪਰੇਟਰਾਂ ਦੀ ਲੜਾਈ ਲੜਦੇ ਹਾਂ, ਅਸੀਂ ਪੰਜਾਬ ਦੇ ਡਰਾਈਵਰ ਵੀਜ਼ਿਆਂ ਦੀ ਲੜਾਈ ਲੜਦੇ ਹਾਂ। ਚਲੋ ਬਦਕਿਸਮਤੀ ਆ ਸਾਡੇ ਲਈ, ਕਿਸਾਨ ਜਥੇਬੰਦੀਆਂ ਚੁੱਪ ਬੈਠੀਆਂ, ਕੋਈ ਗੱਲ ਨਹੀਂ ਯਾਰ, ਫਿਰ ਕਿਹਾ ਤਮਾਸ਼ਾ ਦੇਖੋ ਸਾਡਾ, ਜਿੰਨੀਆਂ ਲਾਠੀਆਂ ਪੈਂਦੀਆਂ ਪੈਣ ਦਿਓ, ਜੋ ਪਰਚੇ ਰਜਿਸਟਰ ਹੁੰਦੇ ਹੋਣ ਦਿਓ, ਕੋਈ ਪਰਵਾਹ ਨਹੀਂ। ਮੈਂ ਪੰਜਾਬ ਦੇ ਟਰੱਕ ਆਪਰੇਟਰਾਂ ਨਾਲ ਖੜਾ ਰਹੂੰਗਾ ਲਾਸਟ ਮੂਮੈਂਟ ਦੇ, ਜਦੋਂ ਤੱਕ ਮੈਨੂੰ ਜੇਲ੍ਹ 'ਚ ਨਹੀਂ ਡੱਕ ਦਿੰਦੇ ਉਦੋਂ ਤੱਕ ਮੈਂ ਇੱਥੇ ਚੱਲੂੰਗਾ। ਪਰ ਮੈਂ ਪੰਜਾਬ ਵਾਸੀਓ ਤੈਨੂੰ ਅਪੀਲ ਕਰਦਾ ਕਿ ਆਪਣੀ ਜ਼ਮੀਨ ਨੂੰ ਜਗਾਓ। ਇਸ ਧਰਤੀ ਦੇ ਬੱਚੇ ਸ਼ਹੀਦੇ ਆ, ਜਦੋਂ ਭਗਤ ਸਿੰਘ ਦੀ ਧਰਤੀ ਤੋਂ ਮੈਂ ਗੁਜ਼ਰ ਰਿਹਾ ਇਸ ਵੇਲੇ, ਲਗਭਗ ਮੈਂ ਉਸੇ ਹੀ ਧਰਤੀ 'ਤੇ ਖੜਾ ਹਾਂ ਜਿੱਥੇ ਕਿ ਮੈਂ ਸ਼ਹੀਦੀ ਆ ਭਗਤ ਸਿੰਘ ਦੇ ਲਾਗੇ ਛਾਗੇ, ਨਵੇਂ ਸ਼ਹਿਰ ਦੇ ਲਾਗੇ ਛਾਗੇ ਖੜਾ, ਕਿਉਂਕਿ ਮੈਂ ਬੱਲਾਚੌਰ ਤੋਂ ਲੰਘਿਆ ਤੋਂ ਕ੍ਰੋਸ ਕਰਦਾ ਚੰਡੀਗੜ੍ਹ ਤੋਂ ਆ ਰਿਹਾ ਸੀ। ਸੋ ਮੈਂ ਤਾਂ ਵੀਰੋ ਹੱਥ ਜੋੜ ਕੇ ਬੇਨਤੀ ਕਰੂੰਗਾ, ਪੰਜਾਬ ਨੂੰ ਬਚਾ ਲਓ, ਪੰਜਾਬ ਦੇ ਟਰੱਕ ਆਪਰੇਟਰਾਂ ਨੂੰ ਬਚਾ ਲਓ। ਮੈਨੂੰ ਕੁਛ ਨਹੀਂ ਚਾਹੀਦਾ ਯਾਰ, ਮੇਰੇ 'ਤੇ ਜੋ ਐਲੀਗੇਸ਼ਨ ਲਾਉਣੇ ਲਾਓ, ਜਿਹਨੇ ਲਾਉਣੇ ਲਾਓ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਜਿਨ੍ਹਾਂ ਨੇ ਪੰਜਾਬ ਦੀ ਪ੍ਰਧਾਨਗੀ ਕਰਨੀ ਕਰੋ, ਮੈਂ ਤਾਂ ਤੁਹਾਨੂੰ ਕਿਹਾ ਹੋਇਆ 18 ਤਰੀਕ ਨੂੰ 5 ਵਜੇ ਅਸਤੀਫਾ ਚੱਕ ਕੇ ਮੰਨੂੰਗਾ, ਜੇ 5000 ਤੋਂ ਘੱਟ ਲਗਭਗ ਬੰਦਾ ਵੀ ਇਕੱਠਾ ਹੋਇਆ, ਇਤਿਹਾਸਕ ਘੱਟ ਇਕੱਠਾ ਕਰਾਂਗੇ। ਕੋਈ ਗੱਲ ਰਤਨਵਾਦੀ ਆ। ਚਲੋ ਮੈਨੂੰ ਹੌਲੀ ਹੌਲੀ ਪਤਾ ਲੱਗ ਗਿਆ ਕੀ ਹੋਇਆ। HPCL ਦੇ ਵਿੱਚ ਜਿਹੜਾ ਟਰੱਕ ਆਪਰੇਟਰਾਂ ਦੇ ਅੱਤਿਆਚਾਰ ਹੋਇਆ, ਅੱਜ ਪੁਲਿਸ ਨੇ ਦੜਾਦੜਾ ਕੁੱਟੇ ਆ, ਉਹਨੂੰ ਲੈ ਕੇ ਮੈਂ ਸਵੇਰੇ 7:30 ਵਜੇ HPCL ਦੇ ਦਫ਼ਤਰ ਦੇ ਬਾਹਰ ਪਹੁੰਚ ਰਿਹਾ ਆਪਣੇ ਸਾਥੀਆਂ ਨੂੰ ਲੈ ਕੇ। ਮੈਂ ਪੰਜਾਬ ਦੇ ਸਮੁੱਚੇ ਟਰੱਕ ਆਪਰੇਟਰ ਉਸ ਬੈਲਟ ਦੇ ਮੈਂ ਸਾਰਿਆਂ ਨੂੰ ਨਹੀਂ ਕਹੂੰਗਾ, ਕਿਉਂਕਿ ਆਪਾਂ ਜੋਰ ਨਹੀਂ ਲਵਾਉਣਾ ਕਿਸੇ ਤੱਕ, ਜਦੋਂ ਲੋੜ ਹੋਊਗੀ ਉਦੋਂ ਲਵਾਵਾਂਗੇ। ਹਰ ਇੱਕ ਟਰੱਕ ਜਾਣ ਵਾਲੇ ਇੱਕ ਇੱਕ ਗੱਡੀ ਲੈ ਕੇ ਸਵੇਰੇ 8 ਵਜੇ ਤੱਕ ਉੱਥੇ ਪਹੁੰਚੋ। ਮੈਂ ਸਾਰੇ ਪੰਜਾਬ ਦੇ ਜਿਵੇਂ ਆਪਣੇ ਕੱਲ੍ਹ ਦੀਆਂ ਮੀਟਿੰਗਾਂ ਸਾਰੀਆਂ ਰੱਦ ਕਰਤੀਆਂ, ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਜਿਨ੍ਹਾਂ ਨੂੰ ਮੈਂ ਟਾਈਮ ਦਿੱਤੇ ਸੀ ਕੱਲ੍ਹ ਦੇ, ਜਾਂ ਕੋਈ ਮੀਟਿੰਗ ਮੇਰੀ ਚੰਡੀਗੜ੍ਹ 'ਚ ਹੋਦੀ, ਮੈਂ ਸਾਰੀਆਂ ਕੈਂਸਲ ਕਰ ਦਿੱਤੀਆਂ ਗਈਆਂ। ਮੈਂ ਕੱਲ੍ਹ ਬਠਿੰਡੇ ਦੇ ਵਿੱਚ ਜਾ ਰਿਹਾ, ਕੱਲ੍ਹ ਦਾ ਸਾਰਾ ਦਿਨ ਬਠਿੰਡੇ ਦੇ ਨਾਲ ਆ। ਮੈਂ ਪੰਜਾਬ ਦੇ ਟਰੱਕ ਆਪਰੇਟਰ ਦੇ ਕਿਤੇ ਲਾਠੀ ਵੱਜੂਗੀ ਤਾਂ ਮੈਂ ਸਮਝਦਾ ਕਿ ਹੈਪੀ ਸਿੰਘ ਪੰਜਾਬ ਪ੍ਰਧਾਨ ਦੇ ਵੱਜੀ ਆ। ਮੈਂ ਉਹਦੀ ਲੜਾਈ ਡੱਟ ਕੇ ਲੜੂੰਗਾ, ਭਾਵੇਂ ਕਿਸੇ ਆਪਰੇਟਰ ਦੇ ਵੱਜੇ, ਭਾਵੇਂ ਪ੍ਰਧਾਨ ਦੇ ਵੱਜੇ। ਇਹ ਲਾਠੀ ਪੰਜਾਬ ਦੀ ਲੜਾਈ ਲੜਦੇ ਹਾਂ, ਇੰਡੀਆ ਦੀ ਲੜਾਈ ਲੜਦੇ ਹਾਂ, ਪੰਜਾਬ ਦੇ ਟਰੱਕ ਆਪਰੇਟਰਾਂ ਦੀ ਲੜਾਈ ਨਹੀਂ ਲੜਦੇ। ਕੱਲੇ ਟਰੱਕ ਆਪਰੇਟਰਾਂ ਦੇ ਦੱਸ ਰਹੇ ਵੀ ਟਰੱਕ ਆਪਰੇਟਰਾਂ ਦੀ ਲੜਾਈ ਲੜਦੇ ਹਾਂ, ਅਸੀਂ ਪੰਜਾਬ ਦੇ ਡਰਾਈਵਰ ਵੀਜ਼ਿਆਂ ਦੀ ਲੜਾਈ ਲੜਦੇ ਹਾਂ। ਚਲੋ ਬਦਕਿਸਮਤੀ ਆ ਸਾਡੇ ਲਈ, ਕਿਸਾਨ ਜਥੇਬੰਦੀਆਂ ਚੁੱਪ ਬੈਠੀਆਂ, ਕੋਈ ਗੱਲ ਨਹੀਂ ਯਾਰ, ਫਿਰ ਕਿਹਾ ਤਮਾਸ਼ਾ ਦੇਖੋ ਸਾਡਾ, ਜਿੰਨੀਆਂ ਲਾਠੀਆਂ ਪੈਂਦੀਆਂ ਪੈਣ ਦਿਓ, ਜੋ ਪਰਚੇ ਰਜਿਸਟਰ ਹੁੰਦੇ ਹੋਣ ਦਿਓ, ਕੋਈ ਪਰਵਾਹ ਨਹੀਂ। ਮੈਂ ਪੰਜਾਬ ਦੇ ਟਰੱਕ ਆਪਰੇਟਰਾਂ ਨਾਲ ਖੜਾ ਰਹੂੰਗਾ ਲਾਸਟ ਮੂਮੈਂਟ ਦੇ, ਜਦੋਂ ਤੱਕ ਮੈਨੂੰ ਜੇਲ੍ਹ 'ਚ ਨਹੀਂ ਡੱਕ ਦਿੰਦੇ ਉਦੋਂ ਤੱਕ ਮੈਂ ਇੱਥੇ ਚੱਲੂੰਗਾ। ਪਰ ਮੈਂ ਪੰਜਾਬ ਵਾਸੀਓ ਤੈਨੂੰ ਅਪੀਲ ਕਰਦਾ ਕਿ ਆਪਣੀ ਜ਼ਮੀਨ ਨੂੰ ਜਗਾਓ। ਇਸ ਧਰਤੀ ਦੇ ਬੱਚੇ ਸ਼ਹੀਦੇ ਆ, ਜਦੋਂ ਭਗਤ ਸਿੰਘ ਦੀ ਧਰਤੀ ਤੋਂ ਮੈਂ ਗੁਜ਼ਰ ਰਿਹਾ ਇਸ ਵੇਲੇ, ਲਗਭਗ ਮੈਂ ਉਸੇ ਹੀ ਧਰਤੀ 'ਤੇ ਖੜਾ ਹਾਂ ਜਿੱਥੇ ਕਿ ਮੈਂ ਸ਼ਹੀਦੀ ਆ ਭਗਤ ਸਿੰਘ ਦੇ ਲਾਗੇ ਛਾਗੇ, ਨਵੇਂ ਸ਼ਹਿਰ ਦੇ ਲਾਗੇ ਛਾਗੇ ਖੜਾ, ਕਿਉਂਕਿ ਮੈਂ ਬੱਲਾਚੌਰ ਤੋਂ ਲੰਘਿਆ ਤੋਂ ਕ੍ਰੋਸ ਕਰਦਾ ਚੰਡੀਗੜ੍ਹ ਤੋਂ ਆ ਰਿਹਾ ਸੀ। ਸੋ ਮੈਂ ਤਾਂ ਵੀਰੋ ਹੱਥ ਜੋੜ ਕੇ ਬੇਨਤੀ ਕਰੂੰਗਾ, ਪੰਜਾਬ ਨੂੰ ਬਚਾ ਲਓ, ਪੰਜਾਬ ਦੇ ਟਰੱਕ ਆਪਰੇਟਰਾਂ ਨੂੰ ਬਚਾ ਲਓ। ਮੈਨੂੰ ਕੁਛ ਨਹੀਂ ਚਾਹੀਦਾ ਯਾਰ, ਮੇਰੇ 'ਤੇ ਜੋ ਐਲੀਗੇਸ਼ਨ ਲਾਉਣੇ ਲਾਓ, ਜਿਹਨੇ ਲਾਉਣੇ ਲਾਓ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਜਿਨ੍ਹਾਂ ਨੇ ਪੰਜਾਬ ਦੀ ਪ੍ਰਧਾਨਗੀ ਕਰਨੀ ਕਰੋ, ਮੈਂ ਤਾਂ ਤੁਹਾਨੂੰ ਕਿਹਾ ਹੋਇਆ
18 ਤਰੀਕ ਨੂੰ 5 ਵਜੇ ਅਸਤੀਫਾ ਚੱਕ ਕੇ ਮੰਗੂਗਾ, 5000 ਤੋਂ ਘੱਟ ਲਗਭਗ ਬੰਦਾ ਵੀ ਇਕੱਠਾ ਹੋਇਆ, ਇਤਿਹਾਸਕ ਇਕੱਠ ਇਕੱਠਾ ਕਰਾਂਗੇ, ਕੋਈ ਗੱਲ ਨਹੀਂ।